ਮੁੱਕ ਦੀ ਗੱਲ ਹੈ ਕਿ 22 ਜੁਲਾਈ 1989 ਨੂੰ ਹਾਊਸ ਨੰਬਰ 1752 ਫੇਜ਼ 5 ਤੋਂ ਮੇਰੇ ਕੋਲ ਸਕੂਲ ਮੈਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਐਜ਼ ਪ੍ਰਿੰਸੀਪਲ ਕੰਮ ਕਰਦਾ ਸੀ। 1:30 ਵਜੇ ਫੋਨ ਆਇਆ ਕਿ ਇੱਥੇ ਪਹੁੰਚੋ, ਸਵੇਰ ਦਾ 9 ਵਜੇ ਦਾ ਘੇਰਾ ਪਿਆ ਕੋਠੀ ਨੰਬਰ 1752 ਫੇਜ਼ 5 ਮੋਹਾਲੀ, ਬਈ ਆਓ। ਸਾਡੀ ਕਮੇਟੀ ਬਣੀ ਹੋਈ ਸੀ ਪੁਲਿਸ ਵਧੀਕੀਆਂ ਦੇ ਵਿਰੁੱਧ, ਜਸਟਿਸ ਅਜੀਤ ਸਿੰਘ ਬੈਂਸ ਨੂੰ ਅਸੀਂ ਰਿਪੋਰਟ ਦਿੰਦੇ ਹੁੰਦੇ ਸੀ। ਤਾਂ ਅਸੀਂ ਬੰਦੇ ਇਕੱਠੇ ਹੋ ਕੇ ਉੱਥੇ ਪਹੁੰਚੇ, ਲਗਭਗ 3 ਵਜੇ ਅਸੀਂ ਕੋਠੀ ਕੋਲ ਪਹੁੰਚੇ ਹੀ ਸੀ। ਕੁਲਵਿੰਦਰ ਸਿੰਘ ਕਿੱਡ, ਇੱਕ ਮੁੰਡਾ ਉਹਦੇ ਨਾਲ ਹੋਰ, ਹਾਊਸ ਨੰਬਰ 1752 ਵਿੱਚ ਐਂਟਰ ਹੋ ਰਹੇ ਹਨ। ਅੰਦਰ ਪੁਲਿਸ ਲੁਕੀ ਬੈਠੀ ਸੀ। 8-9 ਬੰਦਿਆਂ ਨੇ ਕੁਲਵਿੰਦਰ ਸਿੰਘ ਕਿੱਡ ਨੂੰ ਉੱਥੇ ਹੀ ਢਾਹ ਲਿਆ, ਹੱਥ ਪੈਰ ਬੰਨ੍ਹ ਕੇ, ਉਹਨੂੰ ਕੰਬਲ ਪੰਡ ਬੰਨ੍ਹ ਕੇ ਜੀਪ 'ਚ ਸੁੱਟ ਕੇ ਲੈ ਗਏ। ਉੱਪਰ ਬੈਠੇ ਸੀ ਛੱਤ ਦੇ ਉੱਤੇ, ਉਹਨਾਂ ਨੇ ਗੋਲੀ ਚਲਾਈ, ਦੂਜੇ ਮੁੰਡੇ 'ਤੇ ਗੋਲੀ ਵੱਜੀ, ਉਹਦੀ ਔਨ ਦਾ ਸਪੋਟ ਮੌਤ ਹੋ ਗਈ। ਤਾਂ ਅਸੀਂ ਫਿਰ ਉੱਥੋਂ ਥਾਣੇ ਆਏ, ਬੜਾ ਇਕੱਠ ਹੋ ਗਿਆ, ਨਾਰਾਬਾਜ਼ੀ ਹੋਈ, ਸਾਨੂੰ ਉਹਨਾਂ ਨੇ FIR ਦਰਜ ਨਹੀਂ ਕਰਨ ਦਿੱਤੀ। 6 ਵਜੇ ਤੋਂ ਬਾਅਦ ਮੈਂ ਜਾ ਕੇ ਟੈਲੀਗ੍ਰਾਮਾਂ, MLA ਇਲਾਕੇ ਦਾ ਸਰਦਾਰ ਬਚਿੱਤਰ ਸਿੰਘ, ਅਸੀਂ ਟੈਲੀਗ੍ਰਾਮਾਂ ਦਿੱਤੀਆਂ ਹਾਇਰ ਅਥਾਰਟੀਜ਼ ਨੂੰ। ਤਾਂ ਉਹਨਾਂ ਤੋਂ ਬਾਅਦ ਕੋਈ ਕੁਛ ਨਾ ਜਦ ਹੋਇਆ, ਤਾਂ ਫਿਰ 1 ਮਹੀਨੇ ਮਗਰੋਂ ਆਈ ਵੈਂਟ ਟੂ ਹਾਈ ਕੋਰਟ ਇਨ ਰਿਟ ਪਟੀਸ਼ਨ, ਹੈਬੀਅਸ ਕੋਰਟ ਰਿਟ ਪਟੀਸ਼ਨ ਵਿੱਚ ਹਾਈ ਕੋਰਟ ਗਏ। ਹਾਈ ਕੋਰਟ ਨੇ ਇਨਕੁਆਇਰੀ ਮਾਰਕ ਕਰਤੀ 18 ਜੂਨ 1990 ਨੂੰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਰੋਪੜ ਇਨਕੁਆਇਰੀ ਅਫਸਰ ਲਾ ਦਿੱਤੇ। ਇਹ ਉੱਥੇ ਪੈਂਡਿੰਗ ਹੈ, ਪਰ ਮੈਂ ਸਮਝਦਾ ਵੀ ਮੈਂ ਦੇਸ਼ ਦੀਆਂ ਜਿਹੜੀਆਂ ਅਦਾਲਤਾਂ ਹੈ, ਮੈਨੂੰ ਆਸ ਨਹੀਂ ਹੈ ਠੀਕ ਇਨਸਾਫ਼ ਮਿਲਣ ਦੀ। ਬਾਕੀ ਵੀ ਬਹੁਤ ਸਾਰੀ ਦੁਨੀਆ ਫਿਰਦੀ ਹੈ, ਇਨਸਾਫ਼ ਨਹੀਂ ਮਿਲਦਾ ਦਿਖਦਾ, ਪਰੰਤੂ ਕੋਰਟ 'ਤੇ ਨਿਰਭਰ ਕਰਦਾ ਹੈ ਉਹ ਕੀ ਡਿਸਾਈਡ ਕਰਦੀ ਹੈ ਕੀ ਨਹੀਂ ਕਰਦੀ। ਪਰ ਮੈਂ ਐਕਸਪੈਕਟ ਨਹੀਂ ਕਰਦਾ ਕਿ ਕੋਰਟ ਇਹ ਠੀਕ ਇਨਸਾਫ਼ ਕਰੇਗੀ। ਉਹ ਅੰਮ੍ਰਿਤਧਾਰੀ ਗੁਰਸਿੱਖ ਸੀ, ਉਹ ਬਹੁਤ ਠੀਕ ਸੋਚ ਰੱਖਦਾ ਸੀ, ਪੁਲਿਸ ਦੀ ਮਾਰ ਕਟਾਈ ਕਰਕੇ ਉਹਨੂੰ ਅੰਡਰਗਰਾਊਂਡ ਹੋਣਾ ਪਿਆ। ਬਹੁਤ ਸਾਰੇ ਮੁੰਡੇ ਪੁਲਿਸ ਨੇ ਮਾਰ ਮਾਰ ਕੇ ਛੱਡ ਦਿੱਤੇ, ਮੁੰਡੇ ਬਹੁਤ ਸਾਰੇ ਘਰੋਂ ਭੱਜ ਗਏ, ਪੁਲਿਸ ਨੇ ਜਾਣ ਬੁੱਝ ਕੇ ਭਜਾਏ, ਲੋਕ ਲੁੱਟੇ, ਜਿਨ੍ਹਾਂ ਨੇ ਪੈਸੇ ਦੇ ਦਿੱਤੇ ਠੀਕ ਹੈ, ਨਹੀਂ ਦਿੱਤੇ ਮਾਰ ਕੇ ਨਹਿਰਾਂ 'ਚ ਸੁੱਟ ਦਿੱਤੇ।